ਅਸਲਾਮੁਆਲੇਕੁਮ ورحਮਤੁਲਲਾਹੀ ਵਬਰਕਾਤੁ ਤੁਸੀਂ ਦੇ ਪਿਆਰੇ ਮੇਰਾ YouTube ਚੈਨਲ ਸਮਰਾ ਭਾਈ ਦੇ ਮੇਰਾ ਨਾਮ ਅਬਦੁਰਜ਼ਾਕ ਕਿਹਾ ਹਾਲ ਹੈ ਜਨਾਬ ਠੀਕ ਹੋ ਖਰੀਅਤ ਹੈ ਠੀਕ ਠਾਕ ਹੋ ਫਿਟਪਾਟ ਹੋ ਉਮੀਦ ਕਰੇ ਨਾ ਕਿ ਸਾਰੇ ਦੋਸਤ ਆਬਾਪ ਠੀਕ ਠਾਕ ਤੇ ਖੈਰ ਖੈਰ ਨਾਲ ਹੋਸਨ ਤੇ ਫਿਟਪਾਟ ਹੋਸਨ ਅੱਲਾਹ ਪਾਕ ਸਭ ਦੋਸਤਾਂ ਨੂੰ ਖੈਰ ਖੈਰ ਨਾਲ ਤੇ ਫਿਟਪਾਟ ਰੱਖੇ ਤੇ ਅੱਲਾਹ ਪਾਕ ਕੋ ਸੁਖ ਸਿਹਤ ਵਾਲੀ ਜ਼ਿੰਦਗੀ عطا ਫਰਮਾਵੇ ਤੇ ਅੱਲਾਹ ਪਾਕ ਡੋਕਟਰ ਤਕਲੀਫਾਂ ਕਰਨ ਹਰ ਦੋਸਤ ਭਰਾ ਕੋ ਰੇਣ ਕੋ ਬਚਾਵੇ ਤੇ ਤੁਹਾਨੂੰ ਪਤਾ ਹੋ ਸਕੇ ਤਕਰੀਬਨ ਕੋਈ ਦੋ ਹਫਤੇ ਠੀਕ ਹੈ ਤੇ ਮੈਂ ਕੋਈ ਵੀਡੀਓ ਇੱਕ ਲਈ ਹੈ ਜਿਹੜਾ ਕਿ ਮੈਂ ਇੱਕ ਕੰਮ ਦੇਖਣ ਵਾਸਤੇ ਗਿਆ ਹਾਂ ਮਸਜਿਦ ਸ਼ਰੀਫ ਦਾ ਤੇ ਹੁਣ ਤੋਂ ਬਾਅਦ ਜਿਹੜਾ ਮੈਂ ਘਾਰਾਂ ਪਿਆ ਤੇ ਕੰਮ ਤੇ ਮੈਂ ਕੋਈ ਨਹੀਂ ਗਿਆ ਜਿੰਨੀ وجہ ਇਹ ਬਣੀ ਹੈ ਕਿ ਕੋਈ ਮਸਰੂਫੀਆਤ ਵੀ ਹੈ ਤੇ ਕੋਈ ਜਿਹੜਾ ਨਾ ਹਾਲਾਤ ਵੀ ਹੈ ਠੀਕ ਹੈ ਕਿ ਮੈਂ ਵੀਡੀਓ ਕੋਣਾ ਬਣਾਈ ਹਾਂ ਤੇ ਤੁਹਾਡੇ ਨਾਲ ਕੋਈ ਗੱਲ ਵੀ ਸ਼ੇਅਰ ਕੋਣਾ ਕੀਤੀ ਹਾਂ ਹੁੰਦੀ ਵਜ੍ਹਾ ਕੀ ਹੈ ਕਿ ਮੈਂ ਵੀਡੀਓ ਕਿਉਂ ਨਹੀਂ ਬਣਾਈ ਤੇ ਕੀ ਵਜ੍ਹਾ ਹੈ ਤੇ ਕੀ ਮਸਲਾ ਮਸਾਇਰ ਹਨ ਤੇ ਇਤਨੇ ਝਾੜੇ ਮੈਂ ਕਿਉਂ ਨਹੀਂ ਆ ਸਕਿਆ ਆਪਣੇ ਦੋਸਤਾਂ ਦੇ ਸਾਹਮਣੇ ਤੇ ਆਪਣੇ ਵਿਊਅਰਸ ਕੋ ਆਪਣੇ ਫੈਨ ਕੋ ਮੈਂ ਕਿਉਂ ਨਹੀਂ ਦੇ ਸਾਹ ਸਕਿਆ ਕਿ ਮੈਂ ਕਿਉਂ ਮਤਲਬ ਕਿ ਵੀਡੀਓ ਨਹੀਂ ਬਣਾਈ ਨਾ ਪਿਆ ਤੇ ਕੀ ਮਸਰੂਫੀ ਆ ਤੇ ਕੀ ਸੂਰਤ ਹਾਲ ਹੈ ਕੀ ਆਮੂਲਤ ਹਨ ਦੋਸਤੋ ਮਸਲਾ ਇਹ ਮੇਂ ਥੀ ਗਿਆ ਕਿ ਤਕਰੀਬਨ ਤਕਰੀਬਨ ਕੋ ਮੈਕਸਿਮਮ ਮੇ ਕੋ 20 ਝਾੜੇ ਥੀ ਗੇ ਠੀਕ ਹੈ ਨਾ मैक्सिमम ਵੀ ਜਾ ਰਹੇ मैक्सिमम ਥਿੰਦੇ ਜਿਵੇਂ ਕਿ ਮੈਂ ਪਿਛਲੇ ਜਾਰੇ ਕਿ ਆਮ ਮਸਜਿਦ ਦਾ ਕੰਮ ਲੈਣ ਵਾਸਤੇ ਉਹ ਕੰਮ ਲੈਤੇ ਆਏ ਤੇ ਉਹ ਕੰਮ ਦਿਹਾਲੀ ਤੱਕ ਗਾਲ ਚਲਦੀ ਪਈ ਉਹ ਕੰਮ ਓਕੇ ਕਹਿਣੀ ਥਿਆ ਹੂੰ ਤੋਂ ਬਾਅਦੂਤ ਬਾਅਦ ਮੈਨੂੰ ਬੀਆ ਕੰਮ ਵੀ ਕਿਥੇ ਹੀ ਕੋਈ ਨਹੀਂ ਮਿਲਿਆ ਤੇ ਮੈਂ ਬੀਆ ਕੰਮ ਹੀ ਕਿਸੇ ਕਹਿ ਨਹੀਂ ਸ਼ੁਰੂ ਕੀਤਾ ਤੇ ਫਿਰ ਹਾਲ ਜਿਹੜਾ ਮੈਂ ਹਾਂ ਬੇ ਘਰ ਮੈਂ ਆਪਣੇ ਰੂਮ ਦੇ ਵਿੱਚ ਬੈਠਾ ਰਹੇ ਤੇ ਮੈਂ ਆਪਣੇ ਬੈਡਰੂਮ ਦੇ ਵਿੱਚ ਬੈਠਾ ਬੈਠਾ ਹੀ ਮੈਂ ਕਿ ਮੈਂ ਸੁੱਤਾ ਪਿਆ ਨਹੀਂ ਤਾਂ ਮਤਲਬ ਇੱਕ ਕੰਬਲ ਚੰਬਲ ਪਾ ਕੇ ਤੁਹਾਡੇ ਸਾਹਮਣੇ ਤੇ ਕਮਰੇ ਦੇ ਵਿੱਚ ਮੈਂ ਬੰਦ ਥਿਆ ਤੇ ਬੈਠਾ ਹੀ ਰਹੇ ਜੋ ਕਮਰਾ ਬੰਦ ਹੈ ਪਿਆ ਬਿਲਕੁਲ ਤੇ وجہ ਇਹ ਬਣੀ ਹੈ ਕਿ ਮੇਰੀ ਤਬੀਅਤ ਜਿਹੜਾ ਨਾ ਕਾਫੀ ਜਿਆਦਾ ਖਰਾਬ ਹੈ ਵੀ ਤਬੀਅਤ ਨਹੀਂ ਸਹੀ ਥੀਨੀ ਵੀ ਤਬੀਅਤ ਇੰਨੀ ਖਰਾਬ ਹੈ ਕਿ ਮੇ ਕੋ ਨਾ ਸੀ ਕਿ ਨਜ਼ਲਾ ਜ਼ੁਕਾਮ ਵਗੈਰਾ ਜਿੰਦੀ وجہ ਕੋ ਮੈਂ ਮੈਡੀਸਨ ਵਗੈਰਾ ਖਾ ਖਾ ਕਰੀ ਨਾ ਥਾ ਗਿਆ ਇਹਦੇ ਤੇ ਵੀ ਕਿ ਮੈਂ ਮਾਸਕ ਲਾਤਾ ਹੋਇਆ ਨੱਕ ਦਾ ਇਹ ਹਾਲ ਹੈ ਕਿ ਨੱਕ ਜਿਹੜਾ ਨਾ ਮੇਰਾ ਸੋਝ ਚੁਕੇ ਮੂੰਹ ਸੋਝ ਚੁਕੇ ਤੇ ਖਾਂਸੀ ਵਗੈਰਾ ਆ ਹੀ ਪਈ ਤੇ ਛੀਕਾਂ ਵਗੈਰਾ ਆਉਂਦੇ ਹਨ ਮੇਕੂ ਤੇ ਡਾਕਟਰ ਨੇ ਆਖੇ ਕਿ ਤੁਸੀਂ ਇਹਨਾ ਨਾ ਮਾਸਕ ਲਾ ਕੇ ਰੱਖੋ ਤੇ ਆਪਣਾ ਨਾ ਹਿਫਾਜ਼ਤ ਕਰੋ ਸਰਦੀ ਵਿੱਚ ਬਾਹਰ ਜਿਹੜਾ ਨਾ ਨਿਕਲੋ ਸਰਦੀ ਕਿਉਂਕਿ ਬਹੁਤ ਜ਼ਿਆਦਾ ਹੈ ਵੀ ਜਿੰਦੀ ਵਜ੍ਹਾ ਕਰੋਂ ਮੇਰਾ ਗਲਾ ਖਰਾਬ ਥੀ ਚੁਕੇ ਤੇ ਹੁਣ ਤੋਂ ਬਾਅਦ ਜਿਹੜਾ ਨਾ ਆਪਣਾ ਜਨਾਬ ਨਜ਼ਲਾ ਜ਼ੁਕਾਮ ਥੀ ਚੁਕੇ ਖਾਂਸੀ ਵਗੈਰਾ ਠੀਕ ਗਏ ਤੇ ਛੀਕਾਂ ਵਗੈਰਾ ਆਉਂਦੇ ਆ ਪਿਆ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਵੀ ਜਿੰਦੀ ਵਜ੍ਹਾ ਕਰੋਂ ਮੈਂ ਵੀਡੀਓਜ਼ ਵਗੈਰਾ ਨਾ ਬਣੇਦਾ ਆਂ ਆਪਣੀ ਅਪਡੇਟ ਨਾ ਦੇਦਾ ਆਂ ਕਿਉਂਕਿ ਮੇਰੀ ਆਵਾਜ਼ ਨਿਕਲਦੀ ਵੀ ਕੋਨ ਹੈ ਮੇਰੇ ਗਲੇ ਕੋ ਗਲੇ ਦਰਦਕ ਥੀਦਾ ਹੈ ਮਸਲਾ ਇਹ ਹੈ ਦੋਸਤੋ ਬਣੇ ਕਿ ਮੈਂ ਇੱਕ ਦਿਨਾਰ ਘਰ ਖੜਾਮ ਤੇ ਮੈਂ ਕਿਨੂੰ ਘਿਦਮ ਕਿਨੂੰ ਖਾਦਮ ਇੱਕ ਹੀ ਮੈਂ ਅਧਾ ਕਿਨੂੰ ਖਾਦਮ ਤੋਂ ਕਿਨੂੰ ਖਾਵਰ ਦੇ ਨਾਲ ਜਿਹੜਾ ਮੇਰਾ ਗੱਲਾ ਜਿਹੜਾ ਨਾ ਖਰਾਬ ਥੀ ਚੁਕੇ ਤੇ ਹੁੰਦੀ وجہ ਕਰ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਥੀ ਚੁਕੀ ਹੈ ਇਹ ਪਾਸੇ ਮੈਂ ਕੰਗਰੀ ਥੈ ਨਾ ਇਹ ਮੈਡੀਸਨ ਵਗੈਰਾ ਜਿਹੜਾ ਮੈਂ ਕਿਤਨੇ ਢੇਨ ਕੇ ਨਾ ਰੱਖਿਆ ਹੋਇਆ ਹੈ ਇਹ ਸ਼ਹਿਦ ਵਗੈਰਾ ਪੀ ਥਿਆ ਠੀਕ ਹੈ ਇਨ ਮੈਡੀਸਨ ਵਗੈਰਾ ਸਾਰੇ ਪਏ ਹਨ ਇਸ ਟੋਟਲ ਗੋਲੀਆਂ ਵਗੈਰਾ ਠੀਕ ਹੈ ਇਹ ਸੀਰਪ ਵਗੈਰਾ ਇਹ ਸਾਰੇ ਚੀਜ਼ਾਂ ਮੈਂ ਜਿਹੜਾ ਨਾ ਗਿਣ ਕੇ ਰੱਖਿਆ ਤੇ ਇਹ ਸ਼ਹਿਦ ਵੀ ਮੈਂ ਗਿਣ ਕੇ ਰੱਖੀਏ ਸ਼ਹਿਦ ਵਗੈਰਾ ਤੇ ਅੰਡੇ ਵਗੈਰਾ ਜਿਹੜਾ ਨਾ ਮੈਂ ਖਾਂਦਾ ਰਹਿ ਗਿਆ ਤਾਂ ਹੁਣ ਮੇਰੀ ਕੋਈ ਤबीयत ਬਿਹਤਰ થઈ ਹੈ ਵਾਲੇ ਕਾ ਆਪਣੇ ਇਲਾਕੇ ਦੇ ਵਿੱਚ ਆਪਣੇ گاਉਂ ਦੇ ਵਿੱਚ ਜੜਨਾ ਕੋਈ ਡਾਕਟਰ ਬੈਠੇ ਉਹਨਾਂ ਤੋਂ ਕੋਈ ਦਵਾਈ ਖੀਦੀ ਤੇ ਹੁਣ ਬਣ ਕੇ ਨਾ ਕੁਝ ਮਿਹਰੀ ਤਬੀਅਤ ਵੀ ਸਹੀ ਥਈਏ ਤੇ ਆਵਾਜ਼ ਵੀ ਕੁਝ ਨਿਕਦੀ ਏ ਤੇ ਮੈਂ ਕਿ ਵੀ ਚਲੋ ਆਪਣੇ ਦੋਸਤਾਂ ਨੂੰ ਆਪਣੇ ਵਿਵਰਸ ਨੂੰ ਮੈਂ ਇੱਕ ਅਪਡੇਟ ਦੇ ਦੇਵਾਂ ਕਿ ਮੈਂ ਕਿਹੜੀ وجہ ਕਰੂੰ ਵੀਡੀਓਜ਼ ਕਰਾ ਨਹੀਂ ਬਣੇਦਾ ਪਿਆ ਤੇ ਰੈਗੂਲਰ ਮੈਂ ਜਿਹੜਾ ਨਾ ਕਿਉਂ ਨਹੀਂ ਹੁੰਦਾ ਪਿਆ ਤੁਹਾਡੇ ਸਾਹਮਣੇ ਭਾਜੀ ਦੋਸਤੋ ਇਹ ਹੀ ਹੈ ਵੀ ਬੀ ਹਿੰਨੋ ਵੱਡੀ وجہ ਕੋਈ ਕੋ ਨਹੀਂ ਦੁਆ ਕਰਿਓ ਸੋ ਕਿ ਅੱਲਾਹ ਪਾਕ ਮੇ ਕੋ ਸੁਖ ਸਿਹਤ ਵਾਲੀ ਜ਼ਿੰਦਗੀ ਦੇ ਸੇ ਤੇ ਅੱਲਾਹ ਪਾਕ ਮੇ ਕੋ ਤੰਦਰੁਸਤੀ ਦੇਵੇ ਤੇ ਦੁਬਾਰਾ ਜੀ ਮੈਂ ਡੇਲੀ ਦੀ ਤੁਹਾ ਕੋ ਰੂਟਿਨ ਸ਼ੇਅਰ ਕਰਨਾ ਇਵੇਂ ਵੱਲ ਦੁਬਾਰਾ ਕੋਣ ਜਿਹੜੇ ਨਾ ਰੂਟੀਨ ਸ਼ੇਅਰ ਕਰੇਨਾਰਾ ਤਾਂ ਕਿ ਤੁਸੀਂ ਵੀ ਬੋਰਨਾ ਸੀ ਉਹ ਤੇ ਮੈਗੂ ਵੀ ਢੇਰੋਂ ساری ਸਪੋਰਟ ਕਰੇ ਸੋ ਠੀਕ ਹੈ ਫਿਲਹਾਲ ਜਿਹੜਾ ਮੇਰਾ ਕੰਮ ਸ਼ਾਮ ਕੋਈ ਨਹੀਂ ਚੱਲਦਾ ਪਿਆ ਮੈਂ ਬਹੁਤ ਪਰੇਸ਼ਾਨ ਹਾਂ ਪਿਆ ਠੀਕ ਹੈ ਨਾ ਕੰਮ ਦੀ ਕਿਸੇ ਸੂਰਾ ਖਿਆਲ ਨਹੀਂ ਬਣਦੀ ਪਈ ਮੌਸਮ ਖਰਾਬ ਹੈ ਪਿਆ ਯਾਨੀ ਵਜ੍ਹਾ ਕੋਈ ਕੰਮ ਨਹੀਂ ਚੱਲਦਾ ਪਿਆ ਹਾਲੀ ਮੇਰਾ ਦੁਆ ਕਰੇ ਸੋ ਕਿ ਅੱਲਾਹ ਪਾਕ ਮੈਕੂ ਕੋਈ ਆਪਣੇ ਖਜ਼ਾਨੇ ਦੇ ਵਿੱਚੋਂ ਜਾਂ ਕੋਈ ਗੈਰ ਵੀ ਖਜ਼ਾਨੇ ਦੇ ਵਿੱਚੋਂ ਅੱਲਾਹ ਪਾਕ ਮਦਦ ਕਰੇ ਇਹਲਾ ਭਾਗ ਮੇਰੇ ਹਾਲਾਤ ਬਿਹਤਰ ਕਰੇ ਛੋਟੇ ਛੋਟੇ ਬੱਚੇ ਐਂ ਵੀਵਰਸ ਜਿੰਨੀ ਵਜ੍ਹਾ ਕਰ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਨਾ ਕੰਮ ਨਾ ਹੋਣ ਦੀ ਵਜ੍ਹਾ ਕਰੂੰ ਕਿਉਂਕਿ ਕੰਮ ਦੇ ਨਾਲ ਨਾਲ ਹੀ ਜਿਹੜਾ ਬਹਾਰਾ ਹੁੰਦੇ ਨੇ ਤੇ ਘਰ ਦੇ ਖਰਚਾ ਜਾਂ ਮਾਮਲੇ ਚੱਲਦੇ ਰਹੇ ਉਹਨਾਂ ਠੀਕ ਨਾ ਇਹ ਬਾਕੀ ਜਿਹੜਾ ਚੈਨਲ ਹੈ ਪਿਆ ਇਹ ਮੇਰਾ ਤਾਂ ਇੱਕ ਇੰਟਰੇਨਮੈਂਟ ਹੈ ਤਾਂ ਅਸਾਂ ਦੋਸਤਾਂ ਨਾਲ ਗੱਪਸ਼ਪ ਲਾਉਣ ਵਾਸਤੇ ਹੈਲੋ ਹਾਈ ਕਰਨ ਵਾਸਤੇ ਆਪਣੀ ਇੱਕ ਰੂਟੀਨ ਦਿਖਾਉਣ ਵਾਸਤੇ ਮੈਂ ਬਣਾਇਆ ਹੈ ਇਹਨਾਂ ਦਾ ਮੇਰਾ ਕੋਈ ਹਾਲੀ ਕੋਈ ਦਾ ਕੋਈ ਜ਼ਰੀਆ ਮਾਸ਼ਦਾ ਬਣਿਆ ਕੋਈ ਨਹੀਂ ਦੇ ਬਾਸੇ ਮਿਹਨਤ ਕੀਤੀ ਵੀ ਬਾਕੀ ਅੱਲਾਹ ਬਾਗ ਸਾਡੇ ਵਾਸਤੇ ਆਸਾਨੀ ਕਰੇ ਸੇ ਇੱਕ ਰਾਹ ਹੀ ਰੇ ਅੱਲਾਹ ਬਾਗ ਤੁਸਾਂ ਦੇ ਨਾਲ ਤਾਉਣ ਦੇ ਨਾਲ ਸਪੋਰਟ ਦੇ ਨਾਲ ਇਹ ਅਗੀ ਦੇ ਚਲ ਸੇ ਤੇ ਇੱਕ ਦੋਸਤ ਸਾਰੇ ਕੋਲ ਨੂੰ ਇੱਕ ਗਾਲ ਪੁੱਛਣਾ ਚਾਹਦਾ ਤੁਸਾਂ ਮੈਨੂੰ ਸਹੀ ਸਹੀ ਜਵਾਬ ਦੇਸੋ ਤੇ ਸਹੀ ਸਹੀ ਆਨਸਰ ਦੇਸੋ ਕਿ ਕਿਆ ਮੈਂ ਆਪਣਾ ਫੈਮਿਲੀ ਕੰਟੈਂਟ ਬਣਾਵਾਂ ਆਪਣੀ ਫੈਮਿਲੀ ਦੇ ਨਾਲ ਜਾਂ ਨਾ ਮੈਂ ਸਿਰਫ ਇਹ ਵਲੌਗ ਜਿਹਾ ਬਣਾਉਂਦਾ ਪਿਆ ਉਹ ਬਣਾਉਂਦਾ ਰਸ ਮੇਰੇ ਕੋ ਸਾਰੇ ਦੋਸਤ ਸਾਰੇ ਵੀਰਸੂਸਾ ਕਮੈਂਟਸ ਦੇ ਦੇਸੋ ਕਿ ਤੁਸਾਂ ਫੈਮਿਲੀ ਕੰਟੈਂਟ ਅਗਰ ਦੇਖਣਾ ਚਾਹੁੰਦੇ ਹੋ ਮੈਂ ਆਪਣੀ ਫੈਮਿਲੀ ਦੇ ਨਾਲ ਆਪਣੀ ਵਾਈਫ ਦੇ ਨਾਲ ਜਿਹੜਾ ਨਾ ਰੈਗੂਲਰ ਕਰੂੰ ਅਸਾ ਜਿਹੜੀ ਰੂਟੀਨ ਹਾਸੇ ਡੇਲੀ ਦੀ ਉਹ ਸਾਰੇ ਨਾ ਤੁਹਾਨੂੰ ਸ਼ੇਅਰ ਕਰੀ ਨਜ਼ਰ ਆਸੂ ਤੁਸਾਂ ਮੈਗੋ ਇੱਕ ਮੈਸੇਜ ਦੇਸੋ ਕਮੈਂਟਸ ਦੇਸੋ ਕਿ ਤੁਸਾਂ ਮੇਰੀ ਸਪੋਰਟ ਕਰੋ ਤਾਂ ਤਾਕੇ ਮੈਂ ਆਪਣਾ ਫੈਮਿਲੀ ਕੰਟੈਂਟ ਜਿਹਨਾਂ ਆ ਆਪਣੀ ਫੈਮਿਲੀ ਦੇ ਨਾਲ ਆਪਣੀ ਮਿਸਰ ਦੇ ਨਾਲ ਵਲੌਗ ਵਗੈਰਾ ਬਣਾਵਾਂ ਤੇ ਤੁਸਾਂ ਮੈਗੋ ਸਹੀ ਸੇ ਕਮੈਂਟਸ ਕਰੇਸੋ ਬੈਕ ਕਮੈਂਟਸ ਵੀ ਨਾ ਕਰੇਸੇ ਮੇਰੇ ਹੌਸਲਾ ਬਰਕਰਾਰ ਰਵੇ ਸੋ ਅਗਰ ਸਪੋਰਟ ਕਰੇ ਸੋ ਸਾਰੇ ਦੋਸਤ ਸਾਰੇ ਭੈਣੇ ਤਾਂ ਮੈਂ ਇਨਸ਼ਾਅੱਲਾ ਆਪਣਾ ਫੈਮਿਲੀ ਕੰਟੈਂਟ ਘੇਨਨ ਸਾ ਆਪਣਾ ਡੇਲੀ ਦੇ ਜੋ ਰੂਟੀਨ ਹੋਵੇ ਜੋ ਨਾਮਲਾਸ ਹੋਵੇ ਮੈਂ ਕੋਈ ਨਾ ਸ਼ੇਅਰ ਕਰੇ ਸਾਂ ਅਗਰ ਤੁਸੀਂ ਦਿਲੋਂ ਸਪੋਰਟ ਨਾ ਕਰੇ ਸੋ ਮੈਨੂੰ ਹੀ ਮੈਂ ਖੁਸ਼ ਆਮਦ ਕਰੇ ਸੋ ਯਾ ਮੇਰੇ ਕੋ ਬੈਕ ਕਮੈਂਟਸ ਕਰੇ ਸੋ ਤਾਂ ਵਾਲ ਮੈਂ ਇਨਸ਼ਾਅੱਲਾ ਕੋਈ ਨਾ ਬਣ ਸਕੋ ਨਾ ਘੇਨਾ ਸਾਂ ਇਹ ਤੁਸੀਂ ਦੋਸਤਾਂ ਨਾਲ ਤੁਹਾਡੇ ਭੈਣੇ ਨਾਲ ਭਰਾਵਿਆਂ ਨਾਲ ਮੈਨੂੰ ਮਸ਼ਵਰਾ ਹੈ ਪਿਆ ਤੁਸੀਂ ਮੈਨੂੰ ਦੱਸਣਾ ਹੈ ਕਿ ਮੈਂ ਕੀ ਕਰਾਂ ਕਿਉਂਕਿ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਜਿਹੜੇ ਹਾਲਾਤ ਚੱਲੇ ਪੈ ਕੰਮ ਨਾ ਹੋਣ ਦੀ وجہ ਕਰਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਹਾਲਾਤ ਹੀ ਹਨ ਕਿ ਮਹਿੰਗਾਈ ਇਤਨੀ ਆ ਰਹੀ ਤੇ ਕਿ ਕੰਮ ਹੈ ਨਾ ਕੋਨਾ ਤੇ ਘਰ ਦੇ ਖਰਚਾਤ ਮਾਮਲਾਤ ਬਹੁਤ ਜ਼ਿਆਦਾ ਥੀ ਗਏ ਜਿੰਦੇ ਇੱਕ ਬੰਦੇ ਦਾ ਅਫੋਰਡ ਕਰਨਾ ਇਹਨਾਂ ਨੂੰ ਬੜਾ ਮੁਸ਼ਕਲ ਥੀ ਮੇਰੇ ਕਿਉਂਕਿ ਕੰਮ ਹੈ ਨਾ ਕੋਨਾ ਜਿੰਦੀ وجہ ਕਰਕੇ ਹੱਥੋਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਥੀ ਨਾ ਮੈਂ ਕਿ ਵੀ ਤੁਸਾਂ ਦੋਸਤ ਵੀਰਾ ਜਿਹੜਾ ਨਾ ਮੇਰੇ ਕੋ ਸਪੋਰਟ ਕਰੋ ਤੇ ਮੇਰਾ ਇਹ ਚੈਨਲ ਅਗੀ ਤੇ ਵਣੀ ਤੇ ਮੈਂ ਜਿਹੜਾ ਅਗੀ ਤੇ ਕੰਮ ਕਰਾਂ ਤੇ ਜਿਹੜਾ